ਲਾਕਡਾਊਨ ਦੇ ਹਾਲਾਤ ਨੂੰ ਦੇਖਦੇ ਹੋਏ ਪੁਲਿਸ ਕਰਮਚਾਰੀਆਂ ਅਤੇ ਕੁਝ ਸੰਸਥਾਵਾਂ ਨੇ ਨਿੱਜੀ ਤੌਰ ਤੇ ਆਪਣੇ ਵੱਲੋਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਲੰਗਰ ਦੀ ਸੇਵਾ ਕੀਤੀ। ਤੇ ਉਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਇਹ ਕਿਦੋਂ ਤੋਂ ਸ਼ੁਰੂ ਕੀਤਾ ਤੇ ਕਿੰਨੇ ਘਰ ਹਾਲੇ ਤੱਕ ਦੇ ਚੁੱਕੇ ਨੇ। ਅੱਛਾ ਠੀਕ ਹੈ ਜੀ, ਕੀ ਨਾਂ ਜੀ ਆਪਣਾ? ਸਰ ਕੋਈ ਤਾਂ ਅੱਛਾ ਸਰ ਤੁਸੀਂ ਆਹ ਦੱਸੋ ਕਿ ਬਿਲਕੁਲ ਕਾਲ ਨਹੀਂ ਕਰਨੀ, ਸਿਰਫ ਲੇਡੀਜ਼ ਨੂੰ ਅਸੀਂ ਲੰਗਰ ਜਿਹੜਾ ਹੈ ਲਿੰਕ ਲਾਈਨ 'ਚ ਫਰਕ ਬਣਾ ਕੇ ਰੱਖਣਾ। ਘੱਟੋ ਘੱਟ ਤੁਸੀਂ ਇੱਕ ਇੱਕ ਮੀਟਰ ਦਾ ਫਰਕ ਬਣਾ ਕੇ ਰੱਖੋ, ਤੁਹਾਨੂੰ ਲੰਗਰ ਜਿਹੜਾ ਮਿਲੇਗਾ। ਮੇਰਾ ਬੰਡੀ ਬੱਡੀ ਕੀ ਕੰਮ ਕਰ ਰਿਹਾ? ਮੈਂ ਨਗਰ ਨਿਗਮ ਸਰ, ਜਿਹੜਾ ਕਰਫਿਊ ਲੱਗਾ ਹੈ ਤੁਸੀਂ ਇੱਥੇ ਦੱਸ ਦਿੰਦਾ ਪਰਮਿਸ਼ਨ ਹੈਗੀ ਆ ਜਾਂਦੀ, ਜਿਹੜੇ ਲੋਕ ਆ ਜਾ ਰਹੇ ਉਹ ਸਹੀ ਘਰੇ ਗਲਤ ਕਰਦੇ? ਉਹ ਬਹੁਤ ਹੀ ਜ਼ਿਆਦਾ ਗਲਤ ਕਰਦੇ ਪਏ ਆ। ਕਰੋਨਾ ਦਾ ਕੋਈ ਹਾਲੇ ਤੱਕ ਇਲਾਜ ਨਹੀਂ ਮਿਲਿਆ ਵਾ, ਜੇ ਆਪਾਂ ਉਸ ਤੋਂ ਬਚ ਸਕਦੇ ਹਾਂ ਤਾਂ ਆਪਣੇ ਘਰਾਂ ਵਿੱਚ ਰਹਿ ਕੇ ਬਚ ਸਕਦੇ ਹਾਂ, ਅਤੇ ਆਪਾਂ ਨੂੰ ਜਿਸ ਤਰ੍ਹਾਂ ਕਿਹਾ ਗਿਆ ਵਾ ਉਹਦੇ ਮੁਤਾਬਕ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਵਾ, ਜ਼ਰੂਰਤ ਅਨੁਸਾਰ ਹੀ ਆਪਾਂ ਨੂੰ ਘਰ 'ਚੋਂ ਬਾਹਰ ਨਿਕਲਣਾ ਚਾਹੀਦਾ। ਸਰ ਆਹ ਦੱਸੋ ਕਿਹੜੇ ਕਿਹੜੇ ਡਿਪਾਰਟਮੈਂਟ ਤੋਂ ਛੋਟ ਮਿਲਦੀ? ਇਸ ਵਿੱਚ ਹੋਸਪਿਟਲ, ਪੁਲਿਸ ਜਾਂ ਨਗਰ ਨਿਗਮਾਂ ਜਾਂ ਜਿਨ੍ਹਾਂ ਦਾ ਜ਼ਰੂਰੀ ਕੰਮ ਹੈਗਾ ਮਹਿਕਮਿਆਂ ਦਾ ਜਾਂ ਬ੍ਰਾਂਚਾਂ ਦਾ, ਉਹਨਾਂ ਨੂੰ ਬੁਲਾਇਆ ਜਾਂਦਾ ਵਾ ਜਿਹੜੇ ਡਿਊਟੀਆਂ 'ਤੇ ਆ ਸਕਦੇ ਆ। ਉਸ ਤੋਂ ਬਾਅਦ ਜਿਹੜੇ ਹੈਗੇ ਸਾਰਿਆਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ। ਠੀਕ ਹੈ, ਥੈਂਕ ਯੂ। ਚਲੋ ਭਾਈ ਚਲੋ।